ਹੁਸ਼ਿਆਰਪੁਰ ਦੇ ਮਿੰਨੀ ਸੈਕਟਰੀਏਟ ਦੇ ਸਾਹਮਣੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਕਿਸਾਨਾਂ ਨੂੰ ਕੋਈ ਵੀ ਨਿਆਂ ਨਹੀਂ ਦੇ ਰਹੀ। ਕਿਸਾਨ ਜਥੇਬੰਦੀਆਂ ਸੰਘਰਸ਼ ਤਿੱਖਾ ਕਰਨ ਲਈ ਰਣਨੀਤੀ ਉਲੀਕ ਰਹੀਆਂ ਹਨ। ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਸਮੂਹ ਕਿਸਾਨ ਜਥੇਬੰਦੀਆਂ MP ਅਤੇ MLA ਦੇ ਘਰਾਂ ਦਾ ਘਿਰਾਓ ਕਰਕੇ ਉਹਨਾਂ ਨੂੰ ਮੰਗ ਪੱਤਰ ਦੇਣਗੇ। ਫਿਰ ਵੀ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਬੰਦ ਕਰਨਗੇ। ਹਾਂਜੀ, ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਆਗੂ ਸਵਿੰਦਰ ਸਿੰਘ ਚਤਾਲਾ, ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਬੇਗੋਵਾਲ। ਅੱਜ ਅਸੀਂ ਸੂਬਾ ਕਮੇਟੀ ਦੇ ਅਹਿਮ ਫੈਸਲੇ ਕੀਤੇ ਸਾਡੀ ਸੂਬਾ ਕਮੇਟੀ ਨੇ, ਅਤੇ ਸਾਰੇ ਜਗ੍ਹਾ ਦੇ 10 DC ਦੇ ਸਾਹਮਣੇ ਅੱਜ ਅਸੀਂ ਕਾਰਪੋਰੇਟਾਂ ਦੇ ਪੁਤਲੇ ਫੂਕੇ ਆ, ਜਿਹੜੇ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ ਆ, ਜਿਹੜੇ ਸਾਡੇ ਅੰਨ ਭੰਡਾਰ 'ਤੇ ਕਬਜ਼ਾ ਕਰ ਰਹੇ ਆ, ਜਿਹੜੇ ਛੋਟੇ ਦੁਕਾਨਦਾਰਾਂ ਦੇ ਬੜੇ ਬੜੇ ਮਾਲ ਬਣਾ ਕੇ ਕਬਜ਼ਾ ਕਰ ਰਹੇ ਆ, ਰੇਲਾਂ ਦੇ ਕਬਜ਼ੇ ਹੋ ਰਹੇ ਆ, ਖਣਿਜ ਪਦਾਰਥਾਂ ਦੇ ਕਬਜ਼ੇ ਹੋ ਰਹੇ ਆ, ਜੰਗਲ 'ਤੇ ਕਬਜ਼ੇ ਹੋ ਰਹੇ ਆ। ਮਤਲਬ ਉਹ ਜਿਹੜੀ ਜਦੋਂ ਆ ਸਰਕਾਰ ਆਈ ਆ ਭਾਜਪਾ ਦੀ, ਉਸ ਤੋਂ ਬਾਅਦ ਇਹ ਕਬਜ਼ੇ ਹੋਣੇ ਬਹੁਤ ਵੱਡੇ ਪੱਧਰ 'ਤੇ ਸ਼ੁਰੂ ਹੋ ਗਏ ਆ। ਉਸ ਤਰ੍ਹਾਂ ਨੀਤੀਆਂ 92 ਵਾਲੀਆਂ ਸੀ, ਅੱਜ ਇਹ ਪੁਤਲੇ ਫੂਕੇ। ਅਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ 9 ਦਿਨ ਹੋ ਗਏ ਅੱਜ ਸੰਘਰਸ਼ ਦੇ ਵਿੱਚ, ਅਤੇ ਨਾ ਪੰਜਾਬ ਦੀ ਸਰਕਾਰ ਅਤੇ ਨਾ ਕੇਂਦਰ ਦੀ ਸਰਕਾਰ, ਜਿਨ੍ਹਾਂ ਨੇ ਸਾਡੇ ਸੰਘਰਸ਼ ਨੂੰ ਅਣਗੌਲਿਆਂ ਕੀਤਾ, ਧਿਆਨ ਨਹੀਂ ਦਿੱਤਾ ਗਿਆ। ਅਤੇ ਅਸੀਂ ਆਪਣੇ ਅੰਦੋਲਨ ਨੂੰ ਗਰਮ ਕਰਨਾ ਚਾਹੁੰਦੇ ਹਾਂ, ਇਹਨੂੰ ਨਵੀਂ ਸ਼ੇਪ ਦੇਣਾ ਚਾਹੁੰਦੇ ਹਾਂ। ਸ਼ਾਂਤਮਈ ਢੰਗ ਨਾਲ ਅਸੀਂ ਬਹੁਤਾ ਚਿਰ ਨਹੀਂ ਬਹਾਂਗੇ। ਸਰਕਾਰ ਇਹ ਕਹਿੰਦੀ ਵੀ ਤੁਸੀਂ DC ਦੇ ਗਾੜੀ ਬਹਿ ਜਾਓ ਅਤੇ ਮਸਲੇ ਹੱਲ ਕਰ ਦਾਂਗੇ, ਨਹੀਂ ਕਰ ਰਹੇ। ਅਸੀਂ ਅੱਜ ਦੇ ਪੁਤਲੇ ਫੂਕੇ ਆ, ਅਤੇ ਕੱਲ੍ਹ ਨੂੰ ਜਿਹੜੇ ਆਪਣਾ ਭਾਰਤ ਦੇ MP ਅਤੇ ਨਾਲ ਰਾਜ ਸਭਾ ਦੇ ਮੈਂਬਰ ਆ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਸਾਰੇ ਪੰਜਾਬ ਦੇ ਵਿੱਚ ਮੰਗ ਪੱਤਰ ਦੇਵਾਂਗੇ। ਇੱਥੋਂ ਹੀ ਕੱਲ੍ਹ ਨੂੰ ਫਗਵਾੜੇ ਜਿਹੜੇ ਆ MP ਆ, ਉਹਨਾਂ ਦੇ ਘਰ ਮੰਗ ਪੱਤਰ ਦੇ ਕੇ ਆਵਾਂਗੇ। ਇਹਦੇ ਨਾਲ ਹੀ ਜਿਹੜਾ ਆਪਣਾ 6 ਤਰੀਕ ਨੂੰ ਅਸੀਂ ਆਪਣੀ ਵੱਖਰੀ ਪ੍ਰੈਸ ਦੇ ਵਿੱਚ ਸਾਰਾ ਕੁਝ ਦੇਵਾਂਗੇ, ਅਤੇ 7 ਤਰੀਕ ਨੂੰ ਜੇ ਫੇਰ ਵੀ ਨਾ ਗੌਲਿਆ ਤਾਂ 7 ਦਸੰਬਰ ਨੂੰ ਹੁਸ਼ਿਆਰਪੁਰ DC ਦਫ਼ਤਰ ਦੇ ਦੋਵੇਂ ਗੇਟ 12 ਤੋਂ ਲੈ ਕੇ 4 ਵਜੇ ਤੱਕ ਇਹਨਾਂ ਦਾ ਜਾਮ ਰੱਖਾਂਗੇ, ਪੂਰੀ ਤਰ੍ਹਾਂ ਜਾਮ ਕਰ ਦਾਂਗੇ ਦੋਵੇਂ ਗੇਟ। ਇਹਦੇ ਨਾਲ ਹੀ ਅਸੀਂ ਜੇ ਸਰਕਾਰ ਫੇਰ ਨਹੀਂ ਗੌਲਦੀ ਤਾਂ ਅਸੀਂ 12 ਤਰੀਕ ਨੂੰ ਜਿਹੜਾ ਇੱਕ ਵੱਖਰੇ ਅੰਦਾਜ਼ ਦੇ ਵਿੱਚ 12 ਤੋਂ ਲੈ ਕੇ 4 ਵਜੇ ਤੱਕ ਜਿਹੜੇ ਵੀ ਇੱਥੇ MP ਆ, ਜਿਹੜੇ ਮੰਤਰੀ ਆ ਪੰਜਾਬ ਸਰਕਾਰ ਦੇ ਔਰ MLA ਆ, ਉਹਨਾਂ ਦੇ ਘਰਾਂ ਦਾ ਘਿਰਾਓ ਕਰਾਂਗੇ ਅਤੇ ਉੱਥੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ। ਜੇ ਸਰਕਾਰ ਫਿਰ ਵੀ ਸਾਡੀਆਂ ਮੰਗਾਂ ਨੂੰ ਨਹੀਂ ਬੋਲਦੀ ਤਾਂ 13 ਤਰੀਕ ਨੂੰ ਸੂਬਾ ਕਮੇਟੀ ਦੀ ਮੀਟਿੰਗ ਲਾ ਕੇ, ਅਤੇ ਸਾਡਾ ਐਲਾਨ ਆ ਵੈਸੇ ਪਹਿਲਾਂ ਵੀ, ਅਤੇ 15 ਤਰੀਕ ਤੋਂ ਲੈ ਕੇ 15 ਦਸੰਬਰ ਤੋਂ 15 ਜਨਵਰੀ ਤੱਕ ਅਸੀਂ ਟੋਲ ਪਲਾਜ਼ੇ ਜਾਮ ਕਰ ਦਿਆਂਗੇ, ਪੰਜਾਬ ਦੇ ਸਾਰੇ ਟੋਲ ਪਲਾਜ਼ੇ ਜਾਮ ਕਰਕੇ, ਅਤੇ ਬਿਲਕੁਲ ਫ੍ਰੀ ਕਰ ਦਿਆਂਗੇ ਉਹ ਟੋਲ ਪਲਾਜ਼ੇ, ਸਾਰੇ ਦੇ ਧਰਨੇ ਲਾ ਦਾਂਗੇ ਪੰਜਾਬ ਦੇ ਟੋਲ ਪਲਾਜ਼ੇ ਦੇ। ਅਤੇ ਨਾਲ ਹੀ ਜਿਹੜੇ ਟੋਲ ਪਲਾਜ਼ਿਆਂ ਦੇ ਕਰਮਚਾਰੀ ਆ ਉਹਨਾਂ ਨੂੰ ਕੋਈ ਮੁਸ਼ਕਲ ਪੈਦਾ ਨਾ ਹੋਵੇ, ਕਿਉਂਕਿ ਕੰਪਨੀਆਂ ਉਹਨਾਂ ਦੀ ਤਨਖਾਹ ਨਾ ਕੱਟਣ, ਕਈ ਵਾਰੀ ਕਰ ਦਿੰਦੇ ਟੋਲ ਪਲਾਜ਼ੇ ਫ੍ਰੀ ਹੋਣ ਅਤੇ ਕੰਪਨੀਆਂ ਜਿਹੜੀਆਂ ਤਨਖਾਹ ਕੱਟਦੀਆਂ ਉਹਨਾਂ ਦੀ ਤਨਖਾਹ ਉਹਨਾਂ ਦੇ ਖਾਤਿਆਂ ਦੇ ਵਿੱਚ ਜਿੰਨਾ ਚਿਰ 1 ਮਹੀਨਾ ਬੰਦ ਰਹਿਣਗੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ, ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਸੰਘਰਸ਼ ਕਰਕੇ ਲੜਾਈ ਕਰਕੇ ਉਹ ਤਨਖਾਹ ਜਿਹੜੀ ਆ ਪਵਾਵਾਂਗੇ। ਇਹ ਸਾਡਾ ਇਹਨੂੰ ਜਾਣਦਾ ਕਦਮ ਇਸ ਕਰਕੇ ਆ ਵੀ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ, ਸਾਡੀਆਂ ਮੰਗਾਂ 'ਤੇ ਧਿਆਨ ਨਹੀਂ ਦੇ ਰਹੀ। ਇੱਥੇ ਬਜ਼ੁਰਗ, ਬੀਬੀਆਂ, ਬੱਚੇ ਸੜਕਾਂ 'ਤੇ ਠੰਡ ਦੇ ਵਿੱਚ ਰੋ ਰਲੇ ਆ, ਅਤੇ ਅਸੀਂ ਫਿਰ ਆਪਣੇ ਅਕਸ਼ਾਂ ਨੂੰ ਐਕਸ਼ਨ ਜਿਹੜੇ ਤੱਤੇ ਕਰਾਂਗੇ। ਇਹ ਸਾਡਾ ਲਗਾਤਾਰ ਚੱਲੂਗਾ, ਲੰਮਾ ਚੱਲੂਗਾ, ਲੋਹੜੀ ਤੋਂ ਬਾਅਦ ਤੱਕ ਚੱਲੂਗਾ। ਜੇ ਸਰਕਾਰ ਨੇ ਫਿਰ ਵੀ ਧਿਆਨ ਨਾ ਦਿੱਤਾ ਤਾਂ ਫਿਰ ਸਾਡਾ ਹੈਗਾ, ਅਸੀਂ ਆਪਣਾ ਰੇਲਾਂ ਵੀ ਸਾਡੇ ਕੋਲ ਆ, ਜਹਾਜ਼ ਸਾਡੇ ਕੋਲ, ਅਸੀਂ ਅਗਲੀ ਵਿਚਾਰ ਕਰਕੇ ਫਿਰ ਅਗਲੇ ਐਕਸ਼ਨ ਜਿਹੜੇ ਲੀਕਾਂਗੇ ਛੱਡਾਂਗੇ ਨਹੀਂ, ਲੰਬਾ ਚਲਾਵਾਂਗੇ, ਕਿਉਂਕਿ ਮਸਲੇ ਮੁੱਦੇ ਸਾਡੇ ਵੱਡੇ ਆ। ਜਿੱਦਾਂ ਸਾਡੇ ਸੂਬਾ ਆਗੂ ਪਹਿਲਾਂ ਵੀ ਦੱਸ ਚੁੱਕੇ ਆ ਕਿ ਜਿਹੜਾ ਭਗਵੰਤ ਮਾਨ ਆ ਇਹਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਆ, ਇਹਨੇ ਵੋਟਾਂ 'ਤੇ ਇਹ ਕਹਿ ਕੇ ਮੰਗੀਆਂ ਕਿ ਇਹ ਪਿੰਡ ਦੀਆਂ ਸੱਥਾਂ 'ਚੋਂ ਨਿਕਲੀ ਸਰਕਾਰ ਆ, ਮੋਟਰਾਂ ਦੇ ਢਾਰਿਆਂ 'ਚੋਂ ਨਿਕਲੀ ਸਰਕਾਰ ਆ,
पर ये मोदी का भी गुरु अगे टकरिया किसानां ते मजदूरां नूं छोटियां व्यापारियों ते ढीठपुणा भी इन्हें उस तर्ज से फड़िया जिहड़ा मोदी वाला सी उह 13 महीने मन्निया सी ते असीं इहनूं दस देना चाहुंदे हां कि जो साडे सूबे दे आगूआं ने ऐलान करता 13 छड्ड के चाहे सानूं 26 महीने सड़कां ते रोलना पै जाए जद तक साडियां जिहड़ियां हक्की मंगां आ सानूं मिलदियां नहीं असीं संघर्षां दे मैदान दे विच डटे रहांगे।